ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੇਰਾ ਨਾਮ ਗੁਰਜੀਤ ਕੌਰ ਹੈ, ਮੈਂ ਫਿਰੋਜ਼ਪੁਰ ਦੇ ਰਹਿਣ ਵਾਲੀ ਹਾਂ। ਮੇਰੇ ਪਿੱਤੇ ਦੇ ਵਿੱਚ ਪੱਥਰੀ ਸੀ, ਇਸ ਕਰਕੇ ਮੇਰੇ ਪੇਟ ਦੇ ਵਿੱਚ ਦਰਦ ਰਹਿੰਦਾ ਸੀ। ਇਸ ਬਾਰੇ ਮੈਂ ਆਪਣੇ ਬੇਟੇ ਨਾਲ ਗੱਲਬਾਤ ਕੀਤੀ, ਇਹਨਾਂ ਨੇ ਫਿਰ ਅੱਗੇ ਮਤਲਬ ਡਾਕਟਰ ਸਾਹਿਬ ਨਾਲ ਗੱਲਬਾਤ ਕੀਤੀ। ਸਤਿ ਸ਼੍ਰੀ ਅਕਾਲ ਜੀ, ਮੈਂ ਦਵਿੰਦਰ ਸਿੰਘ ਐਡਵੋਕੇਟ, ਮੈਂ ਪੰਜਾਬ ਹਰਿਆਣਾ ਹਾਈ ਕੋਰਟ ਚੰਡੀਗੜ੍ਹ ਪ੍ਰੈਕਟਿਸ ਕਰਦਾ ਹਾਂ। ਬਟ ਬੇਸਿਕਲੀ ਮੇਰੀ ਫੈਮਿਲੀ ਫਿਰੋਜ਼ਪੁਰ ਰਹਿੰਦੀ ਹੈ, ਅਤੇ ਜਿੱਦਾਂ ਕਿ ਮਦਰ ਨੇ ਦੱਸਿਆ, ਇਹਨਾਂ ਦੇ ਗੈਲਬੈਡਰ ਵਿੱਚ ਸਟੋਨ ਸੀਗਾ। ਜਦੋਂ ਅਸੀਂ ਡਾਇਗਨੋਸ ਕਰਾਇਆ, ਪਤਾ ਲੱਗਾ ਕਿ ਇਹਦੀ ਅਲਟੀਮੇਟਲੀ ਸਰਜਰੀ ਹੀ ਹੋਏਗੀ, ਇਹਦੇ ਰੈਮਡੀ ਇਹੀ ਹੈ, ਟ੍ਰੀਟਮੈਂਟ ਇਹ ਹੈ। ਇਸ ਲਈ ਅਸੀਂ ਬੈਸਟ ਸਰਜਨ ਲੱਭਣਾ ਸ਼ੁਰੂ ਕੀਤਾ, ਅਸੀਂ ਫਿਰੋਜ਼ਪੁਰ ਵੀ ਪਤਾ ਕੀਤਾ, ਫਿਰ ਸਾਨੂੰ ਡਾਕਟਰ ਅਮਿਤ ਸੂਦ ਜੀ ਬਾਰੇ ਪਤਾ ਲੱਗਾ। ਡਾਕਟਰ ਅਮਿਤ ਸੂਦ ਜੀ ਨੂੰ ਅਸੀਂ ਮਿਲੇ, ਅਪੋਇੰਟਮੈਂਟ ਲਿੱਤਾ, ਇਹਨਾਂ ਨੇ ਸਾਨੂੰ ਬਹੁਤ ਵਧੀਆ ਗਾਈਡ ਕੀਤਾ, ਪ੍ਰੋਪਰ ਟਾਈਮ ਦਿੱਤਾ। ਉਸ ਤੋਂ ਬਾਅਦ ਇਹਨਾਂ ਦਾ ਮੇਨ ਸੈਂਟਰ ਹੈ ਕੋਸਮਿਕ ਸਰਜਰੀ ਸੈਂਟਰ ਮੋਗਾ ਵਿੱਚ, ਅਸੀਂ ਇੱਥੇ ਆਏ। ਮਦਰ ਨੂੰ ਤਾਂ ਸੇਮ ਡੇ ਸਾਰੇ ਟੈਸਟ ਹੋਏ, ਮਦਰ ਨੂੰ ਸੇਮ ਡੇ ਫਿਟਨੈਸ ਸਰਟੀਫਿਕੇਟ ਮਿਲ ਗਿਆ, ਪ੍ਰੋਪਰ ਇਹਨਾਂ ਦੀ ਹਿਸਟਰੀ ਦੇਖੀ, ਜੋ ਵੀ ਇਹਨਾਂ ਦੀ ਹਿਸਟਰੀ ਸੀ। ਉਸ ਤੋਂ ਬਾਅਦ ਨੈਕਸਟ ਡੇ ਓਪਰੇਟ ਹੋਇਆ, ਲੇਜ਼ਰ ਦੇ ਥਰੂ ਓਪਰੇਟ ਹੋਇਆ, ਐਂਡ ਨੈਕਸਟ ਡੇ ਅਸੀਂ ਇੱਥੋਂ ਡਿਸਚਾਰਜ ਹੋ ਕੇ ਵਾਪਸ ਫਿਰੋਜ਼ਪੁਰ ਚਲੇ। ਅੱਜ ਅਸੀਂ 12 ਦਿਨ ਬਾਅਦ ਆਏ ਹਾਂ। ਮਦਰ ਦੇ ਸਟਿਚਿਸ ਕਰਵਾਉਣ, ਮਦਰ ਹੁਣ ਬਿਲਕੁਲ ਠੀਕ ਨੇ, ਕੋਈ ਪੇਨ ਦੀ ਸ਼ਿਕਾਇਤ ਨਹੀਂ ਹੈ, ਬਿਲਕੁਲ ਵਧੀਆ ਖਾ ਪੀ ਰਹੇ ਨੇ। ਤੋ ਇਸ ਵੀਡੀਓ ਰਾਹੀਂ ਬੇਸਿਕਲੀ ਮੈਂ ਇਹ ਮੈਸੇਜ ਦੇਣਾ ਚਾਹ ਰਿਹਾ ਕਿ ਜਦੋਂ ਸਰਜਰੀ ਹੁੰਦੀ ਹੈ, ਉਹਦੇ ਲਈ ਆਪਾਂ ਨੂੰ ਬੈਸਟ ਸਰਜਨ ਦੀ ਜ਼ਰੂਰਤ ਹੁੰਦੀ ਹੈ। ਬੈਸਟ ਸਰਜਨ ਇਸ ਲਈ ਕਿਉਂਕਿ ਕੱਲ੍ਹ ਨੂੰ ਕੁਛ ਨਾ ਕੁਛ ਕੰਪਲੀਕੇਸ਼ਨਸ ਆ ਸਕਦੇ ਨੇ। ਸੋ ਬੀਂਗ ਆ ਲੋਇਰ, ਮੈਂ ਇਸ ਬਾਰੇ ਪੂਰੀ ਸਟੱਡੀ ਕੀਤੀ, ਇੱਕ ਬੈਸਟ ਸਰਜਨ ਲੱਭਣ ਦੀ ਕੋਸ਼ਿਸ਼ ਕੀਤੀ, ਅਤੇ ਸਾਨੂੰ ਡਾਕਟਰ ਅਮਿਤ ਸੂਦ ਜੀ ਮਿਲੇ। ਬਹੁਤ ਵਧੀਆ ਇਹਨਾਂ ਨੇ ਸਰਜਰੀ ਕੀਤੀ, ਈਵਨ ਮਦਰ ਨੂੰ ਪਤਾ ਨਹੀਂ ਲੱਗਾ ਕਿ ਸਰਜਰੀ ਹੋਈ ਹੈ। ਨੈਕਸਟ ਡੇ ਅਸੀਂ ਡਿਸਚਾਰਜ ਹੋ ਕੇ ਘਰ ਚਲੇ ਗਏ, ਹੁਣ ਬਹੁਤ ਵਧੀਆ ਖਾ ਪੀ ਰਹੇ ਨੇ। ਸੋ ਅਗਰ ਤੁਸੀਂ ਸਰਜਰੀ ਕਰਾ ਰਹੇ ਹੋ, ਬੈਸਟ ਸਰਜਨ ਲੱਭੋ, ਬੀ ਇਨ ਸੇਫ ਹੈਂਡਸ, ਅਤੇ ਅਗਰ ਤੁਹਾਨੂੰ ਇੱਦਾਂ ਦੀ ਕੋਈ ਪ੍ਰੋਬਲਮ ਹੈ ਤਾਂ ਇੱਕ ਵਾਰ ਡਾਕਟਰ ਅਮਿਤ ਸੂਦ ਜੀ ਨਾਲ ਜ਼ਰੂਰ ਕੰਸਲਟ ਕਰੋ। ਥੈਂਕ ਯੂ।